वाहेगुरु जी का खालसा, वाहेगुरु जी की फतेह। समूह कुश्ती दे शकीन वीरां नूं बेनती है कि पिंड खिजराबाद विखे मिति 4/5/2023 नूं शाम 3 बजे विशाल कुश्ती दा दंगल कराया जा रहा। भारत केसरी दे मुकाबले होणगे, जिदे विच हिंदुस्तान दे सारे चंगे पहलवान भाग लेणगे। सैमी फाइनल ते फाइनल मुकाबले होणे आ, क्योंकि जिहड़े ट्रायल आले मुकाबले उह पहलां वख वख पंजाब दे खेतरां विच होणे आ। इहनां सारे 75 किलो 85 किलो 1 क्विंटल 1 क्विंटल 25 किलो दे जो सैमी फाइनल ते फाइनल मुकाबले उह खिजराबाद दे दंगल विखे होणे आ। सो समूह कुश्ती शकीनां नूं बेनती है कि आपां आके देखिए भी भारत दा सब तो ताकतवर पहलवान कौन है, जिस दे नाल के भारत दी जो इह कुश्ती है उहनूं उपर चक्या जा सके, पता लगे सानू कि पहलवान च किन्ना दम है। सो आओ 4 तरीक शाम 3 बजे खिजराबाद दे खेड स्टेडियम विखे पहुंच के एदा आनंद माणो ते रौनकां वधाओ। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। इलाका निवासियो, कुश्ती दा महादंगल पिंड खिजराबाद विखे 4 अप्रैल 2023 नूं करवाया जा रहा। आओ आपां सारे इकट्ठे होके देखिए कि कौन बनदा है हिंदुस्तान दा ताकतवर पहलवान। हैदराबाद दे विच पहला भी कुश्ती दंगल कराए जांदे सन, पर जिहड़ा इह कुश्ती दंगल है इह गलजार खाड़ा जीरकपुर जिन्हां दा कोच RS कुंडू पंजाब कुश्ती एसोसिएशन वालों करवा रहा है। ਇਹ ਅਲੱਗ ਅਲੱਗ ਵੇਟਾਂ ਦੇ ਵਿੱਚ ਕੁਸ਼ਤੀਆਂ ਹੋਣੀਆਂ। ਹੈਦਰਾਬਾਦ ਦੇ ਵਿੱਚ ਸੈਮੀ ਫਾਈਨਲ ਔਰ ਫਾਈਨਲ ਮੁਕਾਬਲੇ ਹੋਣੇ ਆ, ਜਿਨ੍ਹਾਂ ਦਾ ਕੁੱਲ ਖਰਚਾ ਲਗਭਗ 27 ਲੱਖ ਦੇ ਕਰੀਬ ਆਉਣਾ। ਸੋ ਮੇਰੀ ਇਲਾਕਾ ਨਿਵਾਸੀਆਂ ਨੂੰ, ਸਮੂਹ ਛਿੰਝ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਕੁਸ਼ਤੀ ਨੂੰ ਦੇਖ ਕੇ ਆਪਾਂ ਨੂੰ ਇੰਝ ਲੱਗੇਗਾ ਕਿ ਪੰਜਾਬ ਕੁਸ਼ਤੀ ਵਾਲੇ ਪੱਖੋਂ ਕੁਛ ਸੁਧਾਰ ਕਰ ਰਿਹਾ। ਜੋ ਪਹਿਲਾਂ ਕੁਸ਼ਤੀਆਂ ਦੇ ਵਿੱਚ ਨਿਧਾਰ ਆਏ ਸਨ, ਇਹ ਇੱਕ RS ਕੁੰਡੂ ਦਾ ਉਪਰਾਲਾ ਹੈ। ਖਿਦਰਾਬਾਦ ਨੂੰ ਉਹਨਾਂ ਨੇ ਚੁਣਿਆ। ਅਸੀਂ ਖਿਦਰਾਬਾਦ ਨਿਵਾਸੀ, ਇਲਾਕਾ ਨਿਵਾਸੀ, ਸਮੂਹ ਛਿੰਝ ਕਮੇਟੀ ਖਿਦਰਾਬਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹੈ। ਕੁਸ਼ਤੀਆਂ ਦਾ ਮਸ਼ਹੂਰ ਨਗਰ ਪਿੰਡ ਖਿਦਰਾਬਾਦ ਵਿਖੇ 4 ਅਪ੍ਰੈਲ ਨੂੰ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ, ਜਿਹਦੇ ਵਿਚ ਅਲੱਗ ਅਲੱਗ ਵੇਟਾਂ ਦੀਆਂ ਕੁਸ਼ਤੀਆਂ ਹੋਣੀਆਂ ਤੇ ਕੌਣ ਬਣੇਗਾ ਹਿੰਦੁਸਤਾਨ ਦਾ ਸਭ ਤੋਂ ਮਜ਼ਬੂਤ ਪਹਿਲਵਾਨ। ਪਹਿਲਾਂ ਦੀ ਤਰ੍ਹਾਂ ਹੀ ਇਹ ਕੁਸ਼ਤੀਆਂ ਜਿਹੜੀਆਂ ਲਗਭਗ 27 ਲੱਖ ਰੁਪਇਆ ਲਾ ਕੇ ਕੁਸ਼ਤੀਆਂ ਹੋਣੀਆਂ, ਇਹ ਗੁਲਜ਼ਾਰ ਖਾੜਾ ਜੀਰਕਪੁਰ ਵੱਲੋਂ ਕਰਵਾਉਣੀਆਂ ਹੈ। ਇਹਨਾਂ ਦਾ ਪ੍ਰਬੰਧ ਖਿਦਰਾਬਾਦ ਛਿੰਝ ਕਮੇਟੀ ਔਰ ਪੰਚਾਇਤ ਖਿਦਰਾਬਾਦ ਦੀ ਔਰ ਨਗਰ ਨਿਵਾਸੀਆਂ ਵੱਲੋਂ ਕਰਿਆ ਜਾਣਾ। ਇੱਥੇ ਸਾਰੇ ਪ੍ਰਬੰਧ ਹੋਣੇ ਆ, ਗੱਦਿਆਂ ਤੇ ਕੁਸ਼ਤੀਆਂ ਹੋਣੀਆਂ। ਸੋ ਮੇਰੀ ਪੰਜਾਬ ਵਾਸੀਆਂ ਨੂੰ, ਇਲਾਕੇ ਦੇ ਸੂਬੇ ਹਿਮਾਚਲ ਹਰਿਆਣਾ ਵਾਸੀਆਂ ਨੂੰ, ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੁਸ਼ਤੀ ਦੰਗਲ ਦੇਖਣੇ ਹੋਊਗਾ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਭ ਨੇ ਆਉਣਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।